ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪੰਜਾਬੀ ਮੀਨੀਆ ਤੇ ਆਪਣੇ ਫੋਨ ਤੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਬੈਲ ਆਈਕਨ। ਪੰਜਾਬੀ ਮੀਨੀਆ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਅਤੇ ਸਤਿਕਾਰ ਦੇ ਨਾਲ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਮੇਰੇ ਨਾਲ ਨੇ ਤਿੰਨ ਪੰਜਾਬੀ ਫਿਲਮ ਇੰਡਸਟਰੀ ਦੇ ਤਿੰਨ ਜਵਾਨ, ਗੱਭਰੂ ਜਵਾਨ, ਤਿੰਨ ਨਗੀਨੇ ਅਦਾਕਾਰ ਮੇਰੇ ਨਾਲ ਨੇ। ਉਹਨਾਂ ਨਾਲ ਤੁਹਾਨੂੰ ਮੈਂ ਰੂਬਰੂ ਕਰਵਾਉਣਾ ਜੀ। ਸ਼ਾਬਾਸ਼ ਜੀ, ਤਿੰਨ ਜਵਾਨ ਜੀ, ਥੈਂਕ ਯੂ ਵੈਰੀ ਮਚ। ਬਿਲਕੁਲ ਜੀ, ਮੇਰੇ ਨਾਲ ਨੇ ਯੋਗਰਾਜ ਸਿੰਘ ਜੀ। ਵੱਟ ਦੇ ਲੈਣ ਤੇ ਫੇਰ ਗੱਲ ਕਰਦੇ ਆ, ਕਮਾਲ ਕਰਦੇ ਆ ਜੀ। ਪਹਿਲੀ ਵਾਰੀ ਕਿਸੇ ਨੇ ਅੱਗੇ ਤਿੰਨ ਜਵਾਨ ਬੈਠੇ ਆ, ਵਾਹ ਜੀ ਵਾਹ। ਇਧਰ ਡੈਵੀ ਸਿੰਘ ਜੀ, ਸਤਿ ਸ਼੍ਰੀ ਅਕਾਲ ਭਾਈ, ਸਤਿ ਸ਼੍ਰੀ ਅਕਾਲ ਸਰ ਜੀ। ਤੁਹਾਨੂੰ ਵੇਖ ਕੇ ਤਾਂ ਡਰ ਜਾਂਦਾ ਜੀ, ਨਿਟੂ ਪੰਦੇਰ ਜੀ। ਸਤਿ ਸ਼੍ਰੀ ਅਕਾਲ, ਠੀਕ ਹੋ ਜੀ? ਠੀਕ ਨਹੀਂ, ਤੁਸੀਂ ਆਮ ਜ਼ਿੰਦਗੀ 'ਚ ਵੀ ਐਂ ਹੀ ਹੋਣ ਜਾਂ ਫਿਲਮਾਂ 'ਚ ਇੱਦਾਂ ਰੋਲ ਹੁੰਦਾ ਤੁਹਾਡਾ? ਨਹੀਂ, ਫਿਲਮਾਂ 'ਚ ਹੀ ਹੁੰਦਾ, ਆਮ ਕਿੱਦਾਂ ਤੁਸੀਂ ਇੱਦਾਂ ਰਹਿ ਸਕਦੇ? ਅੱਛਾ, ਨਹੀਂ ਜਦੋਂ ਮੈਂ ਤੁਹਾਨੂੰ ਪਹਿਲੀ ਵਾਰ ਦੇਖਣਾ ਤੁਸੀਂ ਐਂਟਰ ਕਰੇ, ਮੈਂ ਡਰ ਗਿਆ। ਮੈਂ ਕਿਹਾ ਵੀ ਭਾਜੀ ਉੱਦਾਂ ਦਾ ਹੀ ਲੱਗ ਰਹੇ ਨੇ, ਮੈਨੂੰ ਡਰ ਜਿਹਾ ਲੱਗ ਗਿਆ ਸੱਚੀ। ਤੁਹਾਡੇ ਨਾਲ ਇੱਦਾਂ ਕਹਿੰਦਾ ਕੋਈ ਵੀ ਤੁਹਾਨੂੰ ਵੀ ਹਾਂ ਤੁਹਾਨੂੰ ਦੇਖ ਕੇ ਡਰ ਜਿਹਾ ਲੱਗਦਾ? ਮੈਂ ਜਦੋਂ ਤੱਕ ਬੋਲਦਾ ਨਹੀਂ ਉਦੋਂ ਤੱਕ ਡਰਦੇ ਰਹਿੰਦੇ। ਅੱਛਾ, ਸੋ ਆਪਾਂ ਹੁਣ ਇੱਧਰ ਆ ਜਾਈਏ। ਯੋਗਰਾਜ ਸਿੰਘ ਜੀ, ਤੁਹਾਡਾ ਕਿਰਦਾਰ ਦੇਖਿਆ ਜੀ ਆਪਣਾ ਅਰਦਾਸ ਫਿਲਮ 'ਚ, ਬਾ ਕਮਾਲ। ਤੁਸੀਂ ਸ਼ੁਰੂ ਤੋਂ ਹੀ ਨਾ ਬਾ ਕਮਾਲ ਕੰਮ ਕਰਦੇ ਹੋ, ਅਦਾਕਾਰੀ ਤਜ਼ਰਬਾ ਤੁਸੀਂ ਕਰਨਾ, ਤਜ਼ਰਬਾ ਦਾ ਤਾਂ ਤੁਹਾਡੇ ਨਾਲ ਜੁੜਿਆ ਹੋਇਆ, ਤੁਸੀਂ ਨਵਾਂ ਨਵਾਂ ਤਜ਼ਰਬਾ ਕਰਦੇ ਰਹਿੰਦੇ ਹੋ, ਕੀ ਕਹਿਣਾ ਚਾਹੋਗੇ ਜੀ? ਮੈਂ ਇੱਕ ਸਟੂਡੈਂਟ ਹਾਂ ਜਿਹੜਾ ਸਿੱਖਣ ਦੀ ਕੋਸ਼ਿਸ਼ ਕਰਦਾ ਹਰ ਫਿਲਮ ਦੇ ਵਿੱਚ, ਔਰ ਜਿਹੜੀ ਨਵੀਂ ਜਨਰੇਸ਼ਨ ਹੈ ਤਾਂ ਮੈਂ ਬੜਾ ਕੁਛ ਸਿੱਖਦਾ, ਬੜੇ ਡਾਇਰੈਕਟਰ ਤੋਂ ਬੜਾ ਕੁਛ ਸਿੱਖਿਆ। ਗਿੱਪੀ ਹੋਣੀ ਜਦ ਅਸੀਂ ਸ਼ੂਟਿੰਗ ਕਰ ਰਹੇ ਸੀ ਇਕੱਠੇ, ਉਹਨਾਂ ਦਾ ਜੈਸਾ ਮਾਹੌਲ ਸੀ, ਉੱਥੋਂ ਬਹੁਤ ਕੁਛ ਸਿੱਖਿਆ ਕਿ ਡੈਡੀਕੇਸ਼ਨ, ਡਿਵੋਸ਼ਨ, ਡਿਸਿਪਲਿਨ ਕੀ ਹੁੰਦਾ। ਸੋ ਆਈ ਥਿੰਕ ਮੈਂ ਆਪਣੇ ਆਪ ਨੂੰ ਇੱਕ ਸਟੂਡੈਂਟ ਸਮਝਦਾ, ਕਿਉਂਕਿ ਐਕਟਿੰਗ ਇੱਕ ਉਹ ਗਹਿਰਾਈ ਹੈ ਜਿਹਦਾ ਤੱਟ ਹੈ ਨਹੀਂ, ਉਹ ਸਮੁੰਦਰ ਹੈ ਜਿਹਦੇ ਥੱਲੇ ਬੇਸ ਹੈ ਨਹੀਂ, ਤੁਸੀਂ ਜਿੰਨਾ ਡੂੰਘੇ ਜਾਓਗੇ ਉਨੇ ਚੰਗੇ ਤੈਰਾਕ ਬਣੋਗੇ। ਸੋ ਮੈਂ ਕੋਸ਼ਿਸ਼ ਕਰ ਰਿਹਾ ਕਿ ਹਰ ਕਿਰਦਾਰ ਨੂੰ ਉਸ ਕਿਰਦਾਰ ਤੱਕ ਇਨਸਾਫ ਕਰ ਸਕਾਂ, ਔਰ ਕਿਉਂਕਿ ਕੰਪਲੀਟ ਐਕਟਰ ਤਾਂ ਬੰਦਾ ਕਦੇ ਵੀ ਨਹੀਂ ਬਣਦਾ, ਉਹ ਸਾਰੀ ਜ਼ਿੰਦਗੀ ਸਿੱਖਦਾ ਰਹਿੰਦਾ। ਜਿਸ ਦਿਨ ਬੰਦੇ ਨੂੰ ਇਹ ਲੱਗੂਗਾ ਵੀ ਮੈਂ ਬਹੁਤ ਵੱਡਾ ਹੋ ਗਿਆ, ਉਹ ਦਿਨ ਰਾਤ ਫਿਰ ਉਹਨੂੰ ਪੂੰਝ ਕੇ ਸਿੱਟ ਦਿੰਦਾ। ਸੋ ਆਈ ਥਿੰਕ ਬੜਾ ਇੰਪੋਰਟੈਂਟ ਹੈ ਕਿ ਨਿਮਰਤਾ ਨਾਲ ਰਹਿਣਾ, ਨੀਵੇਂ ਰਹਿਣਾ, ਸਿੱਖਣਾ, ਹਾਂਜੀ ਵਗੈਰਾ, ਜਾਂ ਤੂੰ ਚੰਗੇ ਚੰਗੇ ਐਕਟਰਸ ਤੋਂ, ਡਾਇਰੈਕਟਰਸ ਤੋਂ, ਕੋ ਆਰਟਿਸਟਾਂ ਤੋਂ ਸਾਰਾ ਕੁਛ ਸਿੱਖਦੇ ਹੋ, ਕਿਉਂਕਿ ਹਰ ਬੰਦੇ 'ਚ ਜਿਹੜੀ ਪੋਜ਼ਿਟਿਵਨੈਸ ਹੁੰਦੀ ਹੈ, ਔਰ ਮੈਂ ਹਮੇਸ਼ਾ ਬੰਦੇ ਦੀ ਪੋਜ਼ਿਟਿਵਿਟੀ 'ਤੇ ਜਾਂਦਾ, ਉਹ ਨੈਗੇਟਿਵ ਥੋਟ 'ਚ ਕੀ ਹੈ, ਨੈਗੇਟਿਵ ਗੱਲ ਕੀ ਹੈ, ਮੈਂ ਕਦੇ ਨਹੀਂ ਸੋਚਿਆ। ਸੋ ਹਰ ਬੰਦੇ ਤੋਂ ਕੁਛ ਨਾ ਕੁਛ ਸਿੱਖਣ ਨੂੰ ਮਿਲਦਾ। ਬਿਲਕੁਲ, ਜਦੋਂ ਵੀ ਤੁਹਾਨੂੰ ਮਿਲੀਦਾ ਨਾ ਤਾਂ ਇੱਦਾਂ ਹੀ ਪੋਜ਼ਿਟਿਵ ਐਨਰਜੀ ਆਉਂਦੀ ਹੈ ਸਾਡੇ ਦੇ ਵਿੱਚ, ਸਾਨੂੰ ਵੀ ਮਿਲ ਕੇ ਤੁਹਾਡੇ ਨਾਲ ਬੜਾ ਚੰਗਾ ਲੱਗਦਾ ਜੀ। ਹੁਣ ਮੈਂ ਡੈਵੀ ਜੀ ਤੁਹਾਡੇ ਕੋਲ ਆਉਂਦਾ ਜੀ, ਹੁਣ ਤੱਕ ਦੇ ਜਦੋਂ ਤੁਸੀਂ ਅਦਾਕਾਰੀ ਦੇਖਦੇ ਹੋ, ਆਪਣੇ ਸਫ਼ਰ ਨੂੰ ਦੇਖਦੇ ਹੋ, ਤਾਂ ਕੀ ਮਹਿਸੂਸ ਕਰਦੇ ਹੋ? ਵੀਰ, ਮੈਂ ਤਾਂ ਹਜੇ ਬਾਈ ਜੀ ਨੇ ਜਿਵੇਂ ਕਿਹਾ ਕਿ ਸਟੂਡੈਂਟ ਹਾਂ, ਮੈਂ ਹਜੇ ਤੱਕ ਸਟਰਗਲਰ ਹੀ ਹਾਂ, ਕਿਉਂਕਿ ਮੈਂ 32 ਸਾਲ ਪਹਿਲਾਂ ਇਸ ਲਾਈਨ 'ਚ ਪੈਰ ਰੱਖਿਆ ਸੀਗਾ। ਸੋ ਬਿਹਾਈਂਡ ਦਾ ਕੈਮਰਾ ਬਹੁਤ ਕੰਮ ਕਰਨ ਨੂੰ ਮਿਲਿਆ, ਬਹੁਤ ਕੁਛ ਸਿੱਖਣ ਨੂੰ ਮਿਲਿਆ ਕੈਮਰੇ ਦੇ ਅੱਗੇ। ਮੈਂ ਹਜੇ ਬਿਲਕੁਲ ਅੱਜ ਮੈਨੂੰ ਐਂ ਲੱਗਦਾ ਕਿ ਸ਼ਾਇਦ ਮੇਰੀ ਪਹਿਲੀ ਫਿਲਮ ਹੀ ਹੈ ਜਿਹੜੀ ਮੈਨੂੰ ਹੁਣ ਮਿਲੀ ਹੈ, ਜਿਹੜਾ ਮੌਕਾ ਮਿਲਿਆ ਮੈਨੂੰ ਪਹਿਲੀ ਵਾਰ ਮਿਲ ਰਿਹਾ ਹੈ ਜੀ। ਸੋ ਇੰਨਾ ਜ਼ਿਆਦਾ ਵੱਡਾ ਉਹ ਮੈਂ ਇਹ ਨਹੀਂ ਕਹਿ ਸਕਦਾ ਕੁਛ, ਜਿਵੇਂ ਬਾਈ ਜੀ ਆਪਣਾ ਐਕਸਪੀਰੀਅੰਸ ਸ਼ੇਅਰ ਕਰਦੇ ਨੇ, ਉਹਨਾਂ ਬਹੁਤ ਸਾਰਾ ਕੰਮ ਕੀਤਾ, ਬਹੁਤ ਜ਼ਿਆਦਾ। ਸੋ ਇਹਨਾਂ ਕੋਲ ਤਾਂ ਮੈਂ ਕਹਿੰਦਾ ਇੱਕ ਇੱਕ ਲਫ਼ਜ਼ ਜਦੋਂ ਬੋਲਦੇ ਨੇ ਉਹਦੇ, ਸੱਚੀ ਕਹਿੰਦਾ ਵੀ ਉਹ ਇੱਕ ਆਪਣੇ ਆਪ 'ਚ ਪੂਰਾ ਇੱਕ ਸਮੁੰਦਰ ਹੀ ਹੁੰਦਾ, ਉਹ ਇੱਕ ਇੱਕ ਸ਼ਬਦ ਜਿਹੜਾ ਹੈਗਾ, ਕਿਉਂਕਿ ਉਹ ਇਹਨਾਂ ਦਾ ਐਕਸਪੀਰੀਅੰਸ ਬੋਲ ਰਿਹਾ, ਇਹਨਾਂ ਨੇ ਇੰਨਾ ਕੰਮ ਕਰ ਲਿਆ ਹੋਇਆ, ਮੈਂ ਇੰਨਾ ਕੰਮ ਨਹੀਂ ਕੀਤਾ ਜੀ। ਵੀ ਸਰ ਨੂੰ ਤੁਸੀਂ ਆਪਣੇ ਸ਼ੁਰੂ ਜਿਹੜਾ ਸ਼ੁਰੂ ਕੀਤਾ ਉਹਨਾਂ ਕੰਮ, ਸਰ ਨੂੰ ਦੇਖ ਦੇਖ ਕੇ ਤੁਸੀਂ ਇਨਸਪਾਇਰ ਹੋ? ਬਿਲਕੁਲ, ਮੈਂ ਕਾਲਜ ਸੀਗਾ ਜਦੋਂ, ਕਾਲਜ ਸਟੂਡੈਂਟ ਸੀਗਾ ਜੀ, ਦੋ ਤਿੰਨ ਵੱਡੇ ਨਾਂ ਨੇ ਸਿੰਗਰਾਂ ਦੇ, ਅਸੀਂ ਇਕੱਠੇ ਜਾ ਕੇ ਥੀਏਟਰ 'ਚ ਅਸੀਂ ਫਿਲਮਾਂ ਦੇਖਦੇ ਸੀ। ਮੈਂ ਅਣਖ ਜੱਟਾਂ ਦੀ ਫਿਲਮ ਆਈ ਸੀ ਬਾਈ ਉਹਨਾਂ ਦੀ, ਤਾਂ ਕਈ ਦਿਨ ਅਸੀਂ ਫਿਲਮ ਦੇਖਣ ਤੋਂ ਬਾਅਦ ਵੀ ਸਾਡੇ ਦਿਮਾਗ 'ਚੋਂ ਨਹੀਂ ਸੀ ਉਤਰਦਾ ਉਹਦੇ, ਜਾਣੀ ਇੱਕ ਇੱਕ ਸੀਨ ਇਹਨਾਂ ਦੀ ਐਂਟਰੀਆਂ ਬਾਈ ਦੀਆਂ, ਗੁੱਗੂ ਬਾਈ ਦੀਆਂ, ਅਸੀਂ ਬਾਅਦ 'ਚ ਜਾ ਕੇ ਉਹਨਾਂ ਨੂੰ ਘਰਾਂ 'ਚ ਜਾ ਕੇ ਕਾਪੀ ਵੀ ਕਰਨਾ, ਡਾਇਲੋਗ ਬੋਲਣੇ ਉਹ, ਹੈ ਨਾ। ਸੋ ਉਹਨਾਂ ਫਿਲਮਾਂ ਕਰਕੇ ਹੀ ਅੱਜ ਅਸੀਂ ਇੱਥੇ ਇਸ ਇੰਡਸਟਰੀ 'ਚ ਮੈਂ ਅੱਜ ਕੰਮ ਕਰ ਰਿਹਾ, ਚਾਹੇ ਉਸ ਐਜ਼ ਏ ਸੰਗੀਤਕਾਰ ਕਰ ਰਹੇ ਹਾਂ, ਚਾਹੇ ਐਜ਼ ਐਨ ਐਕਟਰ ਕਰ ਰਹੇ ਹਾਂ, ਉਹ ਉਹਨਾਂ ਫਿਲਮਾਂ ਦੀ ਬਦੌਲਤੀ ਹੈ, ਇਹਨਾਂ ਨੂੰ ਦੇਖ ਦੇਖ ਕੇ ਹੀ ਵੱਡੇ ਹੋਏ ਹਾਂ ਅਤੇ ਅੱਜ ਵੀ ਸਿੱਖ ਰਹੇ ਹਾਂ ਇਹਨਾਂ ਤੋਂ। ਅਤੇ ਮੈਨੂੰ ਇਸ ਫਿਲਮ ਤੋਂ ਮੈਂ ਸਭ ਤੋਂ ਵੱਧ ਖੁਸ਼ੀ ਹੈ ਕਿ ਮੈਂ ਯੋਗ ਬਾਈ ਉਹਨਾਂ ਨਾਲ ਸ਼ਾਇਦ ਸਕਰੀਨ ਸ਼ੇਅਰ ਕਰਨ ਦਾ ਮੌਕਾ ਮਿਲੂਗਾ। ਆਹ ਲਾਲਚ ਹੈ, ਹੋਰ ਕੁਛ ਨਹੀਂ। ਉਹਨਾਂ ਫਿਲਮਾਂ ਕਰਕੇ ਹੀ ਅੱਜ ਪੰਜਾਬੀ ਸਿਨੇਮਾ ਖੜਿਆ, ਅੱਜ ਅਸੀਂ ਤੁਹਾਡੇ ਨਾਲ ਬੈਠੇ ਇੰਟਰਵਿਊ ਕਰ ਰਹੇ ਹਾਂ ਉਹਨਾਂ ਫਿਲਮਾਂ ਦੇ ਬਦੌਲਤ ਹੀ ਅਸੀਂ। ਸੋ ਮੈਂ ਨਿਟੂ ਜੀ ਤੁਹਾਡੇ ਕੋਲ ਆਉਣਾ, ਤਾਰਾ 300, ਤਾਰਾ 420, 300 ਕਿੰਨੀ ਜੀ, 302 ਆ ਫਿਲਮ ਆ ਰਹੀ ਹੈ, ਫਿਲਮ ਦੇ ਵਿੱਚ ਤੁਹਾਡਾ ਕਿਹੋ ਜਿਹਾ ਕਿਰਦਾਰ ਰਹਿਣ ਵਾਲਾ ਜੀ? ਫਿਰ ਤੁਹਾਨੂੰ ਲੱਗਦਾ ਵੀ ਤੁਸੀਂ ਕਦੇ ਪੋਜ਼ਿਟਿਵ ਕਿਰਦਾਰ ਕਰੋ, ਦਿਲ ਕਰਦਾ ਤੁਹਾਡਾ? ਨਹੀਂ, ਜਦੋਂ ਵੀ ਇਹਨਾਂ ਨੂੰ ਦੇਖਦੇ ਨਾ ਨੈਗੇਟਿਵ ਜਿਹਾ ਰੋਲ ਦਿਖਦਾ, ਪਰ ਉਹ ਸਾਨੂੰ ਵਧੀਆ ਲੱਗਦਾ,
ਕਿਉਂਕਿ ਇੱਕ ਨੈਗੇਟਿਵ ਰੋਲ ਕਰਕੇ ਹੀ ਇੱਕ ਪੋਜ਼ਿਟਿਵ ਰੋਲ ਚਮਕਦਾ ਇਹ ਸਰਦਾਰ ਮੁਹੰਮਦ ਚ ਕੀਤਾ ਹੀ ਪੋਜ਼ਿਟਿਵ ਪੋਜ਼ਿਟਿਵ ਕੈਰੈਕਟਰ ਦੇ ਨਾਲ ਉਹ ਜਦੋਂ ਤੱਕ ਤੁਹਾਡਾ ਪੋਜ਼ਿਟਿਵ ਪੱਖ ਨਹੀਂ ਦਿਖਿਆ ਉਦੋਂ ਤੱਕ ਸਾਨੂੰ ਨੈਗੇਟਿਵ ਹੀ ਲੱਗੇ ਗਿਆ ਪਹਿਲਾਂ ਪਹਿਲਾਂ ਮੈਂ ਕਿਹਾ ਵੀ ਹੁਣ ਗਾਲਾਂ ਕੱਢੀਆਂ ਹੁਣ ਗਾਲਾਂ ਕੱਢੀਆਂ ਬਿਲਕੁਲ ਜੀ ਬਿਲਕੁਲ ਸੋ ਸਰ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹਾਂਗਾ ਕਿ ਧਾਰਾ 420 302 ਦਾ ਕੀ ਚੱਕਰ ਹੈ ਕੀ ਨਵਾਂ ਲੈ ਕੇ ਆ ਰਹੇ ਹੋ ਤੁਸੀਂ ਪੰਜਾਬੀ ਇੰਡਸਟਰੀ ਦੇ ਲਈ ਦੋਨੋਂ ਜਿਹੜੀਆਂ ਦਫ਼ਾ ਲੱਗੀਆਂ ਨੇ ਤਾਂ ਜੱਟ ਦਾ ਗਹਿਣਾ ਕਹਿੰਦੇ ਨੇ ਕਚਹਿਰੀ ਅਤੇ ਥਾਣਾ ਅਤੇ ਜੱਟ ਦਾ ਗਹਿਣਾ ਹੁੰਦਾ ਔਰ ਬੜਾ ਗ੍ਰੇਟ ਟਾਈਟਲ ਐਕਚੁਲੀ ਦੇਖਿਆ ਜਾਏ ਤਾਂ ਔਰ ਫਿਲਮ ਵੀ ਇੱਕ ਟਾਈਟਲ ਦੇ ਹਿਸਾਬ ਨਾਲ ਹੈਗੀ ਹੈ ਮੈਂ ਅੰਡਰਸਟੈਂਡ ਕਰਦਾ ਇਸ ਗੱਲ ਨੂੰ ਕਿਉਂਕਿ ਜ਼ਿਆਦਾ ਮੈਂ ਰਿਵੀਲ ਨਹੀਂ ਕਰਨਾ ਚਾਹੁੰਦਾ ਸੋ ਇੱਕ ਡਿਫਰੈਂਟ ਕਾਇੰਡ ਆਫ ਸਬਜੈਕਟ ਹੈਗਾ ਆਪਾਂ ਹਰ ਵਾਰੀ ਕਹਿ ਦਿੰਦੇ ਹਾਂ ਅਲੱਗ ਕਿਸਮ ਦੀ ਫਿਲਮ ਹੈਗੀ ਹੈ ਪਰ ਮੈਂ ਸਮਝਦਾ ਕਿ ਜਿਹੜੇ ਹੁਣ ਆਰਟਿਸਟ ਲੈ ਕੇ ਜਿਹੜਾ ਨਵਾਂ ਦੌਰ ਸ਼ੁਰੂ ਹੋਇਆ ਕੌਮੇਡੀ ਦਾ ਦੌਰ ਜੀ ਖਤਮ ਹੋ ਗਿਆ ਨੀਅਰਲੀ ਅਤੇ ਇਹ ਜਿਹੜਾ ਦੌਰ ਹੁਣ ਸ਼ੁਰੂ ਹੋਇਆ ਇਹ ਦੌਰ ਇੱਕ ਕੁਛ ਐਸਾ ਜਿਹਨੂੰ ਜਿਹਦੇ ਵਿੱਚੋਂ ਅਸਲੀ ਪੰਜਾਬੀਅਤ ਦੀ ਖੁਸ਼ਬੂ ਆਉਂਦੀ ਹੈ ਅਸਲੀ ਪੰਜਾਬ ਦੀ ਧਰਤੀ ਦੀ ਖੁਸ਼ਬੂ ਆਉਂਦੀ ਹੈ ਕਿਉਂਕਿ ਆਪਾਂ ਮੁਗਲਾਂ ਨਾਲ ਲੜਦੇ ਰਹੇ ਇੰਨੇ 100 ਸਾਲ ਅਤੇ ਉਹ ਆਪਾਂ ਇੱਕ ਜੱਟ ਜ਼ਿਮੀਦਾਰ ਰਹੇ ਹਾਂ ਸਾਰੇ ਤਾਂ ਆਈ ਥਿੰਕ ਇਹ ਬੜਾ ਇੰਪੋਰਟੈਂਟ ਹੈਗਾ ਕਿ ਅੱਜ ਦੀ ਜਨਰੇਸ਼ਨ ਨੂੰ ਇਹ ਦੱਸਣਾ ਵੀ ਤੁਹਾਡੇ ਵੱਡ ਵਡੇਰੇ ਪਿੱਛੇ ਕੀ ਸੀ ਜਾਂ ਕਿਸ ਤਰ੍ਹਾਂ ਦਾ ਮਾਹੌਲ ਸੀ ਅੱਜ ਕਿਸ ਤਰ੍ਹਾਂ ਦਾ ਮਾਹੌਲ ਉਹਨੂੰ ਡਿਫਰੈਂਸ਼ੀਏਟ ਬੱਚੇ ਕਰ ਸਕਦੇ ਆ ਆਈ ਥਿੰਕ ਦਿਸ ਇਜ਼ ਵੈਰੀ ਇੰਪੋਰਟੈਂਟ ਕਿ ਇਹੋ ਜਿਹੇ ਸਬਜੈਕਟ ਕੋਲ ਪੜ੍ਹਨ ਬਿਲਕੁਲ ਬਿਲਕੁਲ ਯੁਗਰਾਜ ਜੀ ਜਦੋਂ ਵੀ ਤੁਹਾਡੇ ਨਾਲ ਇੰਟਰਵਿਊ ਕਰੀ ਦੀ ਹੈ ਜਦੋਂ ਵੀ ਤੁਹਾਨੂੰ ਆਪਾਂ ਫਤਿਹ ਬੁਲਾਈ ਦੀ ਹੈ ਸਤਿ ਸ਼੍ਰੀ ਅਕਾਲ ਵਾਹਿਗੁਰੂ ਤੁਸੀਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨ ਨਾਲ ਸਵਾਗਤ ਕਰਦੇ ਹੋ ਇੰਟਰਵਿਊ ਦੀ ਸ਼ੁਰੂਆਤ ਕਰਦੇ ਹੋ ਹੁਣ ਕਰਤਾਰਪੁਰ ਕੋਰੀਡੋਰ ਲਾਂਘਾ ਖੁੱਲ੍ਹਣ ਜਾ ਰਿਹਾ ਹੈਗਾ ਸਿੱਖਾਂ ਦੀ ਭਾਵਨਾਵਾਂ ਜੁੜੀਆਂ ਨੇ ਉਹਦੇ ਨਾਲ ਤੁਸੀਂ ਵੀ ਉਹਦੇ ਨਾਲ ਮਹਿਸੂਸ ਕਰਦੇ ਹੋਗੇ ਵੀ ਤੁਸੀਂ ਵੀ ਗੁਰੂ ਧਾਮ ਜਾਓ ਗੁਰਦੁਆਰਾ ਦਰਸ਼ਨ ਕਰੋ ਕੀ ਤੁਹਾਡੇ ਦਿਲ 'ਚ ਵਲਵਲੇ ਨੇ ਕਦੋਂ ਤਾਂਗ ਹੈਗੇ ਦਿਲ 'ਚ ਹੁਣ ਜਾਣ ਦੀ ਇਕੱਲੀ ਸਿੱਖਾਂ ਦੀ ਗੱਲ ਨਹੀਂ ਚਾਰ ਦਰਵਾਜ਼ੇ ਨੇ ਹਰਿਮੰਦਰ ਸਾਹਿਬ ਦੇ ਚਾਰੇ ਧਾਮ ਗੁਰੂ ਘਰ ਲਈ ਖੁੱਲ੍ਹੇ ਨੇ ਗੁਰੂ ਸਾਡੇ ਵੱਡ ਵਡੇਰੇ ਮੇਰੇ ਤਾਂ ਵੱਡ ਵਡੇਰੇ ਨੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਮੈਂ ਤਾਂ ਇਹਨਾਂ ਵੱਡ ਵਡੇਰੇ ਨੂੰ ਫੋਲੋ ਕਰਦਾ ਔਰ ਗੁਰੂ ਘਰ ਦਾ ਕੁੱਕਰ ਹਾਂ ਹਮੇਸ਼ਾ ਮਨੁੱਖਤਾ ਦੇ ਲਈ ਕੜਾ ਕੜਾ ਪਾਇਆ ਉਹਦਾ ਪਟਾ ਮੇਰੇ ਗਲ 'ਚ ਮੇਰੇ ਹੱਥ 'ਚ ਇਹ ਮੈਨੂੰ ਦੱਸਦਾ ਵੀ ਤੂੰ ਗੁਰੂ ਘਰ ਦਾ ਬੱਚਾ ਔਰ ਬਾਬਾ ਦੀਪ ਸਿੰਘ ਦਾ ਤੂੰ ਬੇਟਾ ਔਰ ਮੈਨੂੰ ਹਮੇਸ਼ਾ ਕਿਉਂਕਿ ਬਹੁਤ ਜਜ਼ਬਾਤੀ ਗੱਲ ਹੈ ਜਿਹੜੀ ਤੁਸੀਂ ਪੁੱਛੀ ਹੈ ਮੈਂ ਗੁਰੂਆਂ ਦੀ ਜਿਹੜੀ ਸਿੱਖਿਆ ਹੁਣ ਕੋਰੀਡੋਰ ਤੁਸੀਂ ਗੱਲ ਕੀਤੀ ਹੈ ਮੈਂ ਕਹਿੰਦਾ ਬਹੁਤ ਵੱਡਾ ਕੰਮ ਹੋਇਆ ਬਹੁਤ ਵੱਡਾ ਕੰਮ ਇਮਰਾਨ ਖਾਨ ਨੇ ਕੀਤਾ ਬਹੁਤ ਵੱਡਾ ਕੰਮ ਨਵਜੋਤ ਸਿੰਘ ਸਿੱਧੂ ਨੇ ਕੀਤਾ ਪੰਜਾਬ ਗਵਰਨਮੈਂਟ ਨੇ ਕੀਤਾ ਇੰਡੀਅਨ ਗਵਰਨਮੈਂਟ ਨੇ ਕੀਤਾ ਸਭ ਕੁਝ ਕੀਤਾ ਸਾਰੀ ਮਨੁੱਖਤਾ ਵਾਸਤੇ ਪਰ ਜੇ ਆਪਾਂ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਜੇ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਮੈਨੂੰ ਉਹਨਾਂ ਦੀ ਹਰ ਸਿੱਖਿਆ ਜਿਹੜੀ ਹੈਗੀ ਮੈਂ ਕੋਸ਼ਿਸ਼ ਕਰਦਾ ਉਹ 'ਤੇ ਚੱਲਣ ਦੀ ਲੇਕਿਨ ਇੱਕ ਚੀਜ਼ ਮੈਨੂੰ ਬੜੀ ਉਹਨੇ ਤਾਂ ਹਮੇਸ਼ਾ ਪਾਉਂਦੀ ਹੈ ਜਦ ਵੀ ਗੁਰਬਾਣੀ ਦੀ ਗੱਲ ਹੋਵੇ ਨਾਨਕ ਨੀਚ ਕਹੇ ਵਿਚਾਰ ਉਹਨਾਂ ਦੀ ਜਿਹੜੀ ਨਿਮਰਤਾ ਹੈ ਉਹਨਾਂ ਦੀ ਜਿਹੜੀ ਭਾਵਨਾ ਹੈ ਨੀਵਾਂ ਰਹਿਣਾ ਗੁਰੂ ਘਰ ਤੋਂ ਸ਼ਾਇਦ ਗਰੀਬੀ 3 ਹਿੱਸੇ ਉਹੀ ਲਾਇਆ 4 ਹਿੱਸੇ 'ਚੋਂ ਹਾਂਜੀ ਅਤੇ ਉਹਦੀ ਇੱਕ ਤੁੱਕ ਕਈ ਵਾਰੀ ਛੋਟੀ ਜਿਹੀ ਮੈਂ ਸੁਣਾਉਂਦਾ ਹੁਣ ਕਿ ਮਿਸਰ ਦੇ ਰਾਜੇ ਨੇ ਬੁਲਾਇਆ ਸੀ ਅਤੇ ਗੁਰੂ ਮਹਾਰਾਜ ਥੱਲੇ ਬੈਠ ਗਏ ਉਹਦਾ 84 ਪੌੜੀਆਂ ਦਾ ਆਸਣ ਸੀਗਾ ਅਤੇ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਪੁੱਛਿਆ ਵੀ ਤੁਸੀਂ ਮਹਾਰਾਜ ਭੁੰਜੇ ਕਿਉਂ ਬੈਠੇ ਹੋ ਅਤੇ ਉਹ ਕਹਿੰਦੇ ਮੈਂ ਇਸ ਕਰਕੇ ਭੁੰਜੇ ਬਹਿਣਾ ਕਿ ਭੁੰਜੇ ਬਹਿਣ ਦਾ ਬੰਦਾ ਡਿੱਗਦਾ ਨਹੀਂ ਨਿਮਰਤਾ ਮੇਰੀ ਇੰਨੀ ਹੈ ਤਾਂ ਉਹਨੇ ਇੱਕ ਸਵਾਲ ਹੋਰ ਪੁੱਛਿਆ ਕਿ ਤੁਸੀਂ ਰੱਬ ਦੇ ਇੰਨੇ ਨੇੜੇ ਹੋ ਰੱਬ ਦੀ ਇੰਨੀਆਂ ਗੱਲਾਂ ਕਰਦੇ ਹੋ ਐਡੇ ਵੱਡੇ ਪੀਰ ਪੈਗੰਬਰ ਨੂੰ ਰੱਬ ਕਰਦਾ ਕੀ ਹੈ ਇਹ ਵਿਹਲਾ ਹੀ ਰਹਿੰਦਾ ਕੰਮ ਵੀ ਕਰਦਾ ਉਹ ਕਹਿੰਦੇ ਜਿੱਥੋਂ ਤੂੰ ਪੁੱਛਦਾ ਉੱਥੇ ਜਵਾਬ ਨਹੀਂ ਦੇ ਸਕਦਾ ਨੀਚੇ ਆ ਕੇ ਪੁੱਛ ਮੈਂ ਤੁਹਾਨੂੰ ਫਿਰ ਦੱਸਾਂ ਉਹ 84 ਪੌੜੀਆਂ ਉੱਤਰ ਕੇ ਰਾਜਾ ਥੱਲੇ ਆਇਆ ਮਿਸਰ ਦਾ ਉਹਨੇ ਜਾ ਕੇ ਪੁੱਛਿਆ ਕਿ ਹਾਂਜੀ ਦੱਸੋ ਰੱਬ ਕਰਦਾ ਕੀ ਕਰਦਾ ਵਿਹਲਾ ਰਹਿੰਦਾ ਅਤੇ ਗੁਰੂ ਨਾਨਕ ਜੀ ਉੱਠ ਕੇ ਉਹਦੀ ਇਤਿਹਾਸ ਸਿੰਘਾਸਣ ਜਾ ਕੇ ਬਹਿ ਕੇ 84 ਪੌੜੀਆਂ ਉੱਤੇ ਜਾ ਕੇ ਅਤੇ ਅੱਖ ਮੀਚ ਕੇ ਮਹਾਰਾਜ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਗਏ ਅਤੇ ਉਹਨੇ ਥੱਲਿਓਂ ਆਵਾਜ਼ ਮਾਰੀ ਕਹਿੰਦੇ ਮਹਾਰਾਜ ਮੈਂ ਤੁਹਾਨੂੰ ਇੱਕ ਸਵਾਲ ਪੁੱਛਿਆ ਸੀ ਤੁਸੀਂ ਜਵਾਬ ਕਿਉਂ ਦਿੱਤਾ ਵੀ ਰੱਬ ਕਰਦਾ ਕੀ ਹੈ ਵਿਹਲਾ ਹੀ ਰਹਿੰਦਾ ਕਿ ਉਹ ਕੰਮ ਵੀ ਕਰਦਾ ਕਹਿੰਦੇ ਆਹੀ ਕੁਛ ਹੀ ਕਰਦਾ ਜੋ ਕੁਛ ਹੁਣ ਹੋਇਆ ਉਹ ਕਹਿੰਦੇ ਜੀ ਕੀ ਹੋਇਆ ਕਹਿੰਦਾ ਵੇਖ ਅਰਸ਼ਾਂ ਤੋਂ ਫਰਸ਼ਾਂ ਤੱਕ ਅਤੇ ਫਰਸ਼ਾਂ ਤੋਂ ਅਰਸ਼ਾਂ ਤੱਕ ਕਿਵੇਂ ਬੰਦਾ ਜਾਂਦਾ ਆਹੀ ਕੁਛ ਰੱਬ ਕਰਦਾ ਇਹ ਸਿੱਖਿਆ ਹੈ ਗੁਰੂ ਦੀ ਔਰ ਸਿੱਖਿਆ ਇਹ ਕਹਿੰਦੀ ਹੈ ਕਿ ਬੰਦਿਆ ਤੂੰ ਮਿੱਟੀ ਆ ਜ਼ਰਾ ਨੀਵਾਂ ਹੋ ਕੇ ਰਿਹਾ ਜੋ ਕੁਛ ਤੈਨੂੰ ਮਿਲ ਰਿਹਾ ਗੁਰੂ ਨਾਨਕ ਸਾਹਿਬ ਤੇਰੀ ਵਡਿਆਈ ਕੋਈ ਨਾ ਉਹਨਾਂ ਜਾਣੇ ਮੇਰਾ ਜੋ ਕੁਛ ਜਿਹਨੂੰ ਮਿਲ ਰਿਹਾ ਦਿੰਦਾ ਦੇ ਲੈਂਦੇ ਥੱਕ ਪਾਏ ਜੁਗਾ ਜੁਗਨ ਤਰਖਾਈ ਖਾਏ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਇਹ ਚੀਜ਼ਾਂ ਨੇ ਗੁਰੂ ਦੀਆਂ ਸਿੱਖਣ ਵਾਲੀਆਂ ਗੁਰੂ ਦੀ ਆਵਾਜ਼ ਪਏਗੀ ਅਤੇ ਮੈਂ ਉੱਥੇ ਵੀ ਚਲਾ ਜਾਵਾਂਗੇ ਉਹਦੇ ਹੁਕਮ ਨਾਲ ਹੈ ਕਿਉਂਕਿ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮ ਉਹਦਾ ਹੋਣਾ ਹੈ ਕਿ ਭਾਈ ਯੋਗਰਾਜ ਸਿੰਘ ਨੰਗੇ ਪੈਰ ਤੁਰ ਕੇ ਆ ਅਤੇ ਯੋਗਰਾਜ ਸਿੰਘ ਦੀ ਕੀ ਜ਼ਰੂਰਤ ਹੈ ਵੀ ਜੁੱਤੀ ਵੀ ਪਾਲ ਵੀ ਜਾ ਕੇ ਉੱਥੇ ਮੱਥਾ ਟੇਕ ਕੇ ਆਏਗਾ ਬੁਲਾਵਾ ਗੁਰੂ ਦਾ ਜਾਣਾ ਦਾਸ ਨੇ ਬੁਲਾਵਾ ਵੀ ਉਹਨੇ ਲੈ ਕੇ ਵੀ ਉਹਨੇ ਜਾਣਾ ਉਹਦੀ ਮਰਜ਼ੀ ਹੈ ਜਿੱਦਣ ਬਹੁਤ ਵੱਡੀ ਗੱਲ ਹੈ ਸਰ ਜੇ ਤੁਹਾਡੀ ਗੱਲ ਕਰੀਏ ਤੁਸੀਂ ਕਹਿੰਦੇ ਮੇਰਾ ਬਹੁਤ ਸਾਰਾ ਸਟਰਗਲ ਹੋ ਗਿਆ ਅੱਜ ਕੱਲ੍ਹ ਨਾ ਇੱਕ ਹੋਰ ਪਰਿਭਾਸ਼ਾ ਹੋ ਗਈ ਸਟਰਗਲ ਦੀ ਅੱਜ ਕੱਲ੍ਹ ਕਹਿੰਦੇ ਨਾ ਵੀ ਜੇ ਤੁਸੀਂ ਮਸ਼ਹੂਰ ਹੋਣਾ ਕਿਸੇ ਵੱਡੇ ਸਿੰਗਰ ਨੂੰ ਟਾਰਗੇਟ ਕਰ ਦਿਓ ਕਿਸੇ ਬਾਰੇ ਗਲਤ ਮਲਤ ਬੋਲ ਦਿਓ ਤੁਸੀਂ ਹਿੱਟ ਹੋ ਜਾਂਦੇ ਹੋ ਤੁਸੀਂ ਇਸ ਫਾਰਮੂਲੇ ਤੋਂ ਕਿੰਨਾ ਕੁ ਬਚ ਕੇ ਰਹਿੰਦੇ ਹੋ
ਕਿਸੇ ਬਾਰੇ ਮੈਂ ਕੌਣ ਹੁੰਦਾ ਕਿਸੇ ਨੂੰ ਮਾੜਾ ਚੰਗਾ ਬੋਲਣ ਵਾਲਾ ਜੀ, ਨਹੀਂ, ਹਰੇਕ ਆਪਣਾ ਆਪਣਾ ਕੰਮ ਕਰ ਰਿਹਾ, ਠੀਕ ਹੈ ਜੀ। ਮੈਂ ਆਪਣੇ ਆਪ ਨੂੰ ਸੁਧਾਰਨਾ, ਇਹੀ ਬਹੁਤ ਵੱਡੀ ਗੱਲ ਹੈ ਮੇਰੇ ਖਿਆਲ ਨਾਲ। ਫਿਰ ਗੱਲ ਉੱਥੇ ਆ ਜਾਣੀ, ਆਪੇ ਬੀਜ ਆਪੇ ਹੀ ਖਾ, ਨਾਨਕ ਹੁਕਮੀ ਆਵੇ ਜੀ। ਹਾਂ, ਬਹੁਤ ਵੱਡੀ ਗੱਲ ਹੈ। ਜੇ ਇਹੋ ਜਿਹਾ ਬੀਜੋਗੇ ਇਹੋ ਜਿਹਾ ਕੱਟ ਲਉਂਗੇ। ਜੇ ਕਿਸੇ ਦੀ ਬੁਰਾਈ ਕਰੋਗੇ, ਚੁਗਲਖੋਰ ਹਰਾਮਖੋਰ ਗੁਰਬਾਣੀ 'ਚ ਮੈਂ ਤਾਂ ਨਹੀਂ ਕਿਹਾ, ਸੋ ਜਿਹੜੀ ਚੁਗਲੀ ਕਰਨ ਵਾਲਾ ਉਹ ਮਾੜਾ, ਜਿਹੜਾ ਸੁਣਦਾ ਉਸ ਤੋਂ ਵੀ ਮਾੜਾ। ਸੋ ਗੱਲ ਇਹ ਵੀ ਜੇ ਆਪਾਂ ਕਿਸੇ ਦੀ ਨਿੰਦਿਆ ਕਰਦੇ ਹਾਂ, ਆਪਾਂ ਆਪਣੇ ਆਪ ਨੂੰ ਨੀਵਾਂ ਕਰਦੇ ਹਾਂ। ਨਿੰਦਕ ਨੂੰ ਕਦੇ ਨਿੰਦਣਾ ਨਹੀਂ ਚਾਹੀਦਾ, ਕਹਿਣਾ ਚਾਹੀਦਾ ਜਾ ਰੱਬ ਭਲੀ ਕਰੇ ਜਿਉਂਦਾ ਵਸਦਾ ਰਹੇ। ਬਿਲਕੁਲ ਬਿਲਕੁਲ ਜੀ। ਸੋ ਜਾਂਦੇ ਹੋਏ ਮੈਂ ਤੁਹਾਡੇ ਤਿੰਨਾਂ ਤੋਂ ਕਿਸੇ ਵੀ ਫਿਲਮ ਦਾ ਕੋਈ ਵੀ ਤੁਹਾਡਾ ਫੇਵਰੇਟ ਡਾਇਲੋਗ ਜ਼ਰੂਰ ਸੁਣਨਾ ਚਾਹੂੰਗਾ। ਯੋਗਰਾਜ ਜੀ, ਤੁਹਾਡੇ ਤੋਂ ਮੈਂ ਉਹ ਡਾਇਲੋਗ ਜ਼ਰੂਰ ਪੁੱਛਣਾ ਚਾਹੂੰਗਾ, ਸੁਣਨਾ ਚਾਹਾਂਗਾ, ਕਿਉਂਕਿ ਜਦੋਂ ਮੈਂ ਛੋਟਾ ਜਿਹਾ ਸੀ ਉਹ ਡਾਇਲੋਗ ਹੋਏ ਸੀ, ਕੱਲ੍ਹ ਸੁਣ ਵੱਡੜੀ ਏ, ਉਦਾਂ ਦੀ ਉਹ ਡਾਇਲੋਗ ਹੋ ਜਾਏ ਜੀ। ਮਸਾਂ ਚੈਨ ਆਈ ਹੈ। ਮੇਰੀ ਮਾਂ ਮੈਨੂੰ ਕਹਿੰਦੀ ਹੁੰਦੀ ਸੀ, ਕਹਿੰਦੀ ਤੂੰ ਸਾਰਾ ਪੰਜਾਬ ਵਿਗਾੜਤਾ, ਇਹ ਗੱਲ ਕਿਵੇਂ ਕਰਦੇ? ਮੈਂ ਕਹਿੰਦੇ ਜਿੱਦਾਂ ਤੂੰ ਬੋਲਦਾ ਉਵੇਂ ਬੋਲਦੇ ਆ। ਸਾਡੇ ਤਾਂ ਪੈਟਰੋਲ ਪੰਪ 'ਤੇ ਹਾਲ ਹੋ ਗਿਆ ਸੀ, ਆਹ ਕਿੰਨੇ ਦਾ ਪੈਟਰੋਲ ਪਾਵਾਂ। ਮੈਂ ਕਿਹਾ ਉਹ ਤੁਹਾਨੂੰ ਕੀ ਹੋ ਗਿਆ? ਇੱਕ ਦਿਨ ਮੇਰੀ ਮਾਤਾ ਜੀ ਮੈਨੂੰ ਕਹਿਣ ਲੱਗੇ, ਰੋਟੀ ਖਾਣੀ ਕਿ ਨਹੀਂ ਖਾਣੀ? ਮੈਂ ਕਿਹਾ ਮਾਂ ਮੇਰੀ, ਤੈਨੂੰ ਕੀ ਹੋ ਗਿਆ? ਸੋ ਮੈਂ ਜੀ ਮਸਾਂ ਨਿਕਲਿਆ। ਥੈਂਕ ਯੂ ਵੈਰੀ ਮੱਚ। ਤੁਸੀਂ ਇਹਨਾਂ ਤੋਂ ਪੁੱਛੋ ਜਵਾਨਾਂ ਤੋਂ ਕੀ ਕਹਿਣਾ ਜੀ। ਤੁਸੀਂ ਹੋਏ ਸਰ ਕੋਈ ਡਾਇਲੋਗ? ਇਸ ਤਰ੍ਹਾਂ ਦਾ ਯਾਦ ਨਹੀਂ ਕੋਈ, ਇਸ ਤਰ੍ਹਾਂ ਦਾ ਹਿੱਟ ਡਾਇਲੋਗ ਹੈ ਹੀ ਨਹੀਂ ਮੇਰੇ ਕੋਲ। ਜਿਵੇਂ ਬਾਈ ਦੀ ਗੱਲ ਕੋਈ ਵੀ ਹੋ ਜਾਏ ਤੁਹਾਨੂੰ ਲੱਗਦਾ ਵਧੀਆ, ਇਹਨਾਂ ਦਾ ਹੀ ਹੋ ਜਾਏਗਾ। ਹੈਂ, ਉਹ ਡਾਇਲੋਗ ਕਿਹੜਾ ਸੀ ਆਪਣਾ? ਕਹਿੰਦਾ ਯਾਰ ਮੈਨੂੰ ਪੰਜਾਬ ਸਿੰਘ ਵਾਲਾ ਵੀ ਨਹੀਂ ਯਾਦ ਆ ਰਿਹਾ ਆਪਣਾ। ਉਹ ਗੰਜੇ ਬਰਾਸੇ ਸਾਹਮਣੇ ਤਾਂ ਬਿਲਕੁਲ ਨਹੀਂ ਸੀ ਮੈਂ ਬੋਲ ਸਕਦੇ ਬਾਈ। ਨੈਕਸਟ ਟਾਈਮ ਸਹੀ ਨੀਟੂ ਬਾਈ ਤੋਂ ਸੁਣ ਲਓ ਬਾਈ ਜੀ। ਨੀਟੂ ਬਾਈ ਕੋਈ ਹੋ ਜੇ ਜੀ, ਕੋਈ ਡਰਾ ਦਿਓ ਜੀ ਫਿਰ ਇਹਨਾਂ ਨੂੰ ਜੀ। ਅੱਜ ਫਿਰ ਮੈਂ ਬਾਈ ਨੇ ਇੱਕ ਹੁਣੇ ਪਿੱਛੇ ਫਿਲਮ ਸਾਡੀ ਰਿਲੀਜ਼ ਹੋਈ ਸੀ, ਉਹ ਬੋਲ ਦਿੰਦਾ ਬਾਈ ਇਹਨਾਂ ਦਾ ਉਹ ਹਾਲ ਕਰਾਂਗੇ ਕਿ ਕੱਚੇ ਪੀਲੇ ਹੋ ਜਾਣਗੇ। ਸੋ ਇਹ ਸਨ ਜੀ ਤਿੰਨ, ਮੈਂ ਪਹਿਲਾਂ ਵੀ ਕਿਹਾ ਸੀ ਨੌਜਵਾਨ ਜਵਾਨ, ਹਜੇ ਵੀ ਇਹ ਪੂਰੇ ਜੋਸ਼ੋ ਖਰੋਸ਼ ਦੇ ਨਾਲ ਗੱਲ ਕਰਦੇ ਹਾਂ। ਇਹਨਾਂ ਦੇ ਨਾਲ ਗੱਲ ਕਰਕੇ ਉੱਦਾਂ ਹੀ ਮਜ਼ਾ ਆਉਂਦਾ ਸਾਨੂੰ, ਐਂ ਲੱਗਦਾ ਵੀ ਇਹ ਅੱਜ ਹੀ ਜਵਾਨ ਨੇ, ਇਹਨਾਂ ਦੀ ਪਹਿਲੀ ਫਿਲਮ ਹੈ। ਸੋ ਮੈਨੂੰ ਅਨੰਦਪ੍ਰੀਤ ਨੂੰ ਦੋ ਇਜਾਜ਼ਤ, ਇੱਦਾਂ ਹੀ ਵੇਖਦੇ ਰਹੋ ਪੰਜਾਬੀ ਮੇਨੀਆ। ਸਤਿ ਸ਼੍ਰੀ ਅਕਾਲ।